ਪ੍ਰੋਬੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜਿੱਤੇ ਪੰਜਾਬੀ ਸਟੂਡੈਂਟਾਂ ਨੇ ਯੂਨੀਵਰਸਿਟੀ ਦੇ ਬਾਹਰ ਧਰਨਾ ਲਗਾਇਆ ਹੈ ਪੱਕਾ ਮੋਰਚਾ ਲਾ ਲਿਆ ਗਿਆ ਕੜਾਕੇ ਦੀ ਠੰਡ ਕਿਉਂਕਿ ਕੈਨੇਡਾ ਦੇ ਵਿੱਚ ਵੀ ਇਸ ਵਕਤ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਤੇ ਕੜਾਕੇ ਦੀ ਠੰਡ ਦੇ ਵਿੱਚ ਅੱਧੀ ਰਾਤ ਨੂੰ ਸਟੂਡੈਂਟ ਜਿਹੜੇ ਐ ਯੂਨੀਵਰਸਿਟੀ ਦੇ ਬਾਹਰ ਬੈਠੇ ਆ ਧਰਨੇ ਦੇ ਉੱਪਰ ਤਾਂ ਪੂਰਾ ਮਾਮਲਾ ਤੁਹਾਨੂੰ ਦੱਸਾਂ ਕਿ ਆਖਰਕਾਰ ਕਿਉਂ ਜਿਹੜਾ ਇਹਨਾਂ ਦੇ ਵੱਲੋਂ ਇਹ ਧਰਨਾ ਲਾਇਆ ਗਿਆ ਕਿਉਂ ਇਹਨਾਂ ਨੂੰ ਧਰਨਾ ਲਾਉਣ ਦੇ ਲਈ ਮਜਬੂ ਦੀ ਅਲਗੋਮਾ ਯੂਨੀਵਰਸਿਟੀ ਦਾ ਜਿਸ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਪੰਜਾਬੀ ਸਟੂਡੈਂਟਾਂ ਨੇ ਕਿ ਇੱਥੇ 100 ਤੋਂ ਵੱਧ ਜਿਹੜਾ ਪੰਜਾਬੀ ਸਟੂਡੈਂਟਾਂ ਨੂੰ ਜਾਣ ਬੁਝ ਕੇ ਵੇ ਵਜਾ ਤਰੀਕਿਆਂ ਦੇ ਨਾਲ ਫੇਲ ਕੀਤਾ ਗਿਆ ਤੇ ਦੂਜਾ ਇਲਜ਼ਾਮ ਲਾਇਆ ਹੈ ਕਿ ਫੀਸਾਂ ਜਿਹੜੀਆਂ ਨੇ ਵੱਧੂ ਵਸੂਲੀਆਂ ਜਾ ਰਹੀਆਂ ਨੇ ਮਹਿੰਗੀਆਂ ਫੀਸਾਂ ਜਿਹੜੀਆਂ ਕਰ ਦਿੱਤੀਆਂ ਨੇ ਔਰ ਜ਼ਿਆਦਾ ਵਸੂਲੀਆਂ ਜਾ ਰਹੀਆਂ ਯੂਨੀਵਰਸਿਟੀ ਆਪਣੇ ਵਿਆਹਤੀ ਜਿਹੜਾ ਵੱਧ ਯੂਨੀਵਰਸਿਟੀ ਜਿਹੜਾ ਵੱਧ ਜਿਹੜਾ ਫੀਸਾਂ ਨੂੰ ਵਸੂਲ ਰਹੀ ਹੈ ਤਾਂ ਦਾਦ ਦੀ ਹੈ ਕਿ ਪੰਜਾਬੀ ਸਟੂਡੈਂਟਾਂ ਨੇ ਪੱਕਾ ਮੋਰਚਾ ਲਾ ਲਿਆ ਦੇਖ ਸਕਦੇ ਹੋ ਤਸਵੀਰਾਂ ਇਹ ਤੁਹਾਨੂੰ ਦਿਖਾ ਰ ਆਖਰਕਾਰ ਕੀ ਮਾਮਲਾ ਹੈ ਕਿਉਂ ਜਿਹੜਾ ਇਹਨਾਂ ਨੂੰ ਜਿਹੜਾ ਇੱਥੇ ਆਉਣਾ ਪਿਆ ਕਿਉਂ ਧਰਨਾ ਲਾਉਣਾ ਪਿਆ ਤਾਂ ਦੱਸ ਦਈਏ ਕਿ ਇੱਕ ਯੂਨੀਵਰਸਿਟੀ ਬ੍ਰੈਂਟਨ ਦੀ ਯੂਨੀਵਰਸਿਟੀ ਜਿਸ ਦਾ ਨਾਮ ਅਲਗੋਮਾ ਯੂਨੀਵਰਸਿਟੀ ਹੈ ਉਸ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਇਸ ਯੂਨੀਵਰਸਿਟੀ ਨੇ ਪੰਜਾਬੀ ਸਟੂਡੈਂਟਾਂ ਨੂੰ ਗਲਤ ਤਰੀਕੇ ਦੇ ਨਾਲ ਵੇ ਬਜਾ ਜਿਹੜਾ ਫੇਲ ਕੀਤਾ ਤੇ ਉਸ ਤੋਂ ਬਾਅਦ ਦੂਜੇ ਇਲਜ਼ਾਮ ਇਹ ਨੇ ਕਿ ਸਟੂਡੈਂਟਾਂ ਤੋਂ ਜ਼ਿਆਦਾ ਫੀਸ ਜਿਹੜੀ ਆ ਵਸੂਲੀ ਜਾ ਰਹੀ ਹੈਗੀ ਬਿਨਾਂ ਵਜਾ ਤੋਂ ਜ਼ਿਆਦਾ ਫੀਸਾਂ ਵਸੂਲੀਆਂ ਜਾ ਰੀਆਂ ਅਲਗੋਮਾ ਯੂਨੀਵਰਸਿਟੀ ਤਿਤੋ ਜੇ ਇਲਜ਼ਾਮ ਜਿਹੜੇ ਨੇ ਪੰਜਾਬੀ ਸਟੂਡੈਂਟਾਂ ਨੇ ਲਗਾਏ ਨੇ ਜਿਹੜੇ ਕਿ ਉੱਤੇ ਬੈਠੇ ਨੇ ਦੇਖ ਸਕਦੇ ਹੋ ਮੌਂਟਰੀਅਲ ਆਰਗੇਨਾਈਜੇਸ਼ਨ ਇੱਕ ਬਣੀ ਹੋਈ ਆ ਸਟੂਡੈਂਟਾਂ ਦੀ ਉਥੋਂ ਦੇ ਇਹ ਦੇਖ ਸਕਦੇ ਹੋ ਤੁਸੀਂ ਐਕਟਿਵ ਮੈਂਬਰ ਨੇ ਤਾਂ ਉਹਨਾਂ ਦੇ ਵੱਲੋਂ ਪੱਕਾ ਮੋਰਚਾ ਟੈਂਟ ਲਾ ਕੇ ਜਿਹੜਾ ਲਾ ਲਿਆ ਗਿਆਗਾ ਧਰਨਾ ਪ੍ਰਦਰਸ਼ਨ ਜਿਹੜਾ ਯੂਨੀਵਰਸਿਟੀ ਦੇ ਬਾਹਰ ਗੇਟ ਦੇ ਉੱਪਰ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬ੍ਰੈਂਪਟਨ ਦੀ ਅਲਗੋਮਾ ਯੂਨੀਵਰਸਿਟੀ ਦੇ ਬਾਹਰ ਠੰਡ ਚ ਬੈਠੇ ਆ ਪੰਜਾਬੀ ਸਟੂਡੈਂਟ ਤੇ ਯੂਨੀਵਰਸਿਟੀ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਕਿ 100 2 ਉਹ ਬਿਨਾਂ ਕਿਸੇ ਗੱਲ ਤੋਂ ਫੇਲ ਕੀਤਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ 100 200 ਸਟੂਡੈਂਟ ਫੇਲ ਹੋਣ ਵਾਲਾ ਨਹੀਂ ਸੀ ਸਗੋਂ ਬੇਵਜ੍ਹਾ ਤਰੀਕੇ ਦੇ ਨਾਲ ਫੇਲ ਕੀਤਾ ਇੱਕ ਸਾਜ਼ਿ ਜਿਹੜੀ ਹੈ ਰਚੀ ਜਾ ਰਹੀ ਹੈ ਜਿਸ ਦੇ ਤਹਿਤ ਫੀਸਾਂ ਵੀ ਜਿਹੜੀਆਂ ਨੇ ਜਾਦਾ ਵਸੂਲੀਆਂ ਜਾ ਰਹੀਆਂ ਨੇ ਅਜੇ ਆ ਕਹਿਣਾ ਇਨ੍ਹਾਂ ਸਟੂਡੈਂਟਾਂ ਦਾ ਹਾਲਾਂਕਿ ਤੱਕ ਯੂਨੀਵਰਸਿਟੀ ਦੇ ਕਿਸੇ ਅਧਿਕਾਰੀ ਦਾ ਕੋਈ ਪੱਖ ਨਹੀਂ ਆਇਆ ਜਦੋਂ ਪੱਖ ਆਇਆ ਤਾਂ ਉਹ ਵੀ ਤੁਹਾਨੂੰ ਦੱਸਾਂ ਕਿ ਆਖਰਕਾਰ ਯੂਨੀਵਰਸਿਟੀ ਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਉੱਪਰ ਕਿਉਂਕਿ ਇਹ ਹਜੇ ਇਲਜ਼ਾਮ ਨੇ ਜੋ ਲਗਾਏ ਗਏ ਨੇ ਪੰਜਾਬੀ ਸਟੂਡੈਂਟਾਂ ਦੇ ਵੱਲੋਂ ਹਾਲਾਂਕਿ ਇਹਨਾਂ ਇਲਜ਼ਾਮਾਂ ਨਾ ਸੱਚ ਨਹੀਂ ਹੈ ਇਹ ਹਜੇ ਵੇਖਣਾ ਬਾਕੀ ਹੋਵੇਗਾ ਤਾਂ ਦੱਸ ਦਈਏ ਕਿ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਇਹ ਦੇਖ ਸਕਦੇ ਹੋ ਬ੍ਰੈਂਪਟਨ ਦੀ ਯੂਨੀਵਰਸਿਟੀ ਹੈ ਜਿਹੜੀ ਜਿਹੜਾ ਬ੍ਰੈਂਪਟਨ ਦੀ ਯੂਨੀਵਰਸਿਟੀ ਹੈ ਜਿਸ ਦੇ ਬਾਹਰ ਸਟੂਡੈਂਟ ਬੈਠੇ ਨੇ ਠੰਡ ਦੇਖ ਸਕਦੇ ਹੋ ਕਿੰਨੀਆਂ ਰਜਾਈਆਂ ਕੰਬਲ ਸਭ ਕੁਝ ਜਿਹੜਾ ਉਹਨਾਂ ਦੇ ਵੱਲੋਂ ਆਪ ਉੱਥੇ ਜਾ ਕੇ ਲੈ ਕੇ ਗਏ ਤੇ ਉਸ ਤੋਂ ਬਾਅਦ ਪੱਕਾ ਮੋਰਚਾ ਟੈਂਟ ਲਾਇਆ ਗਿਆ ਟੈਂਟ ਦੇ ਜਿਹੜੇ ਉਹ ਬੈਠਿਆ ਦੇਖ ਸਕਦੇ ਹੋ ਤੁਸੀਂ ਬ੍ਰੈਂਪਟਨ ਤੋਂ ਕਬਰ ਸਾਹਮਣੇ ਆ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਜਿੱਤੇ ਪੰਜਾਬੀ ਸਟੂਡੈਂਟ ਜਾਂਦੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਜਿਹੜਾ ਪ੍ਰਵਾਸ ਦਾ ਘਰ ਦੂਜਾ ਬਣਾ ਲਿਆਗਾ ਪੰਜਾਬੀਆਂ ਨੇ ਤਾਂ ਦੱਸ ਦਈਏ ਕਿ ਉਹਨਾਂ ਪੰਜਾਬੀਆਂ ਦੇ ਲਈ ਬੇਹਤ ਮਾੜੀ ਖ਼ਬਰ ਵੀ ਕਹਿ ਸਕਦੇ ਹਾਂ ਔਰ ਇਸ ਤੋਂ ਬਾਅਦ ਤੁਸੀਂ ਸੋਚ ਸਕਦੇ ਹੋ ਕਿ ਜੇ ਕੀ ਕੁਝ ਹੋਏਗਾ ਉਹ ਵੀ ਦੇਖਣਾ ਬਾਕੀ ਹੋਵੇਗਾ ਜਿਸ ਹਿਸਾਬ ਦੇ ਨਾਲ ਜਿਹੜਾ ਸਾਰਾ ਕੁਝ ਬਦਲ ਰਿਹਾ ਜੀਆਈਸੀ ਤੁਹਾਨੂੰ ਯਾਦ ਹੋਊਗਾ ਜੀਆਈਸੀ ਦੁੱਗਣਾ ਤਿੱਗਣਾ ਕਰ ਦਿੱਤਾ ਗਿਆ ਜਿਹੜਾ ਜੀਆਈਸੀ ਜਿਹੜਾ ਇੱਕ ਵਾਰ ਤੁਸੀਂ ਜਦੋਂ ਫਾਈਲ ਲੱਗਦੀ ਹੈ ਤਾਂ ਉਸ ਤੋਂ ਬਾਅਦ ਇਹ ਕੁਝ ਆਪਣੇ ਅਕਾਊਂਟ ਦੇ ਵਿੱਚ ਰੁਪਏ ਸ਼ੋਅ ਕਰਨੇ ਹੁੰਦੇ ਆ ਕਿਸੇ ਸਮੇਂ ਉਹ 3 ਲੱਖ ਸੀ ਫਿਰ 5 ਹੋਇਆ ਫਿਰ 7 ਹੋਇਆ ਹੁਣ ਲਗਾਤਾਰ ਉਹ ਦੁੱਗਣਾ ਤਿਗਣਾ ਹੋ ਰਿਹਾ ਜੀਆਈਸੀ ਵੀ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਪਰ ਵਧਾਇਆ ਜਾ ਰਿਹਾ ਹੈਗਾ ਤਾਂ ਦੱਸ ਦਈਏ ਕਿ ਹੁਣ ਸਟੂਡੈਂਟਾਂ ਨੂੰ ਜਾਣ ਬੁੱਝ ਕੇ ਫੇਲ ਕਰਨ ਦੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਇੰਨਾ ਯੂਨੀਅਨ ਦੇ ਵੱਲੋਂ ਇਹ ਦੱਸ ਦਈਏ ਕਿ ਮੌਂਟਰੀਅਲ ਆਰਗੇਨਾਈਜੇਸ਼ਨ ਹੈ ਸਟੂਡੈਂਟਾਂ ਦੀ ਸਟੂਡੈਂਟਾਂ ਦੇ ਵੱਲੋਂ ਆਪਣੇ ਹੱਕਾਂ ਦੇ ਲਈ ਬਣਾਈ ਗਈ ਆਰਗੇਨਾਈਜੇਸ਼ਨ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਗਿਆ ਤਾਂ ਦੇਖ ਸਕਦੇ ਹੋ ਕਿਵੇਂ ਯੂਨੀਵਰਸਿਟੀ ਦੇ ਗੇਟ ਦੇ ਉੱਪਰ ਬੈਠੇ ਆ ਹਾਲਾਂਕਿ ਪੂਰਾ ਮਾਮਲਾ ਜਿਹੜਾ ਤੁਹਾਨੂੰ ਦੱਸਿਆ ਕਿ ਅਲਗੋਮਾ ਯੂਨੀਵਰਸਿਟੀ ਆ ਬ੍ਰੈਂਟਨ ਦੀ ਜਿਸ ਦੇ ਉੱਪਰ ਇਲਜ਼ਾਮ ਨੇ ਕਿ ਇਸ ਨੇ ਜਾਣਬੁੱਝ ਕੇ ਜਿਹੜਾ ਪੰਜਾਬੀ ਸਟੂਡੈਂਟਾਂ ਨੂੰ ਫੇਲ ਕੀਤਾ 100 200 ਦੇ ਕਰੀਬ ਜਿਹੜੇ ਸਟੂਡੈਂਟ ਕਹੇ ਜਾ ਰਹੇ ਨੇ ਕਿ ਜਿਨ੍ਹਾਂ ਨੂੰ ਫੇਲ ਕੀਤਾ ਤਾਂ ਦੱਸ ਦਈਏ ਕਿ ਹਜੇ ਤੱਕ ਜਿਹੜਾ ਯੂਨੀਵਰਸਿਟੀ ਦਾ ਕੋਈ ਵੀ ਬਿਆਨ ਕੋਈ ਵੀ ਅਫੀਸ਼ੀਅਲ ਜਿਹੜਾ ਹੈ ਉਹਨਾਂ ਦੇ ਵੱਲੋਂ ਅੱਗੇ ਆ ਕੇ ਕੋਈ ਸਟੇਟਮੈਂਟ ਨਹੀਂ ਦਿੱਤੀ ਗਈ ਹਾਲਾਂਕਿ ਸਟੂਡੈਂਟਾਂ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਨੇ ਇਹ ਹਜੇ ਜਿਹੜਾ ਇਲਜ਼ਾਮਾਂ ਦੇ ਉੱਪਰ ਹਾਲਾਂਕਿ ਕਿੰਨਾ ਕੁ ਸੱਚ ਹੈ ਇਹ ਤਾਂ ਪਤਾ ਲੱਗੇਗਾ ਜਦੋਂ ਯੂਨੀਵਰਸਿਟੀ ਦਾ ਬਿਆਨ ਆਊਗਾ ਕਿ ਉਹ ਯੂਨੀਵਰਸਿਟੀ ਕੀ ਕਹਿੰਦੀ ਹੈ ਕੀ ਸਪਸ਼ਟੀ ਕਰਨਾ ਹੈ ਕਿਉਂ ਫੇਲ ਹੋਏ ਨੇ ਸਟੂਡੈਂਟ ਕੀ ਇਹਨਾਂ ਦੀ ਆਪ ਦੀ ਕੋਈ ਕਮੀ ਸੀ ਜਾਂ ਫਿਰ ਆਪ ਨਹੀਂ ਪੜਦੇ ਸੀ ਜਾਂ ਫਿਰ ਕੀ ਕਾਰਨ ਸੀ ਜਾਂ ਫਿਰ ਕੋਈ ਸਾਜ਼ਿਸ਼ ਜਿਹੜੀ ਆ ਰਚੀ ਜਾ ਰਹੀ ਹੈ ਇਸ ਯੂਨੀਵਰਸਿਟੀ ਦੇ ਵੱਲੋਂ ਕਿਉਂਕਿ ਜਿਵੇਂ ਸਟੂਡੈਂਟਾਂ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਸਾਨੂੰ ਜਿਹੜੀਆਂ ਫੀਸਾਂ ਨੇ ਉਹ ਵੀ ਬਹੁਤ ਜ਼ਿਆਦਾ ਵਸੂਲੀਆਂ ਜਾ ਰਹੀਆਂ ਨੇ ਨਜਾਇਜ਼ ਫੀਸਾਂ ਵਸੂਲੀਆਂ ਜਾਰੀਆਂ ਨੇ ਇਸ ਯੂਨੀਵਰਸਿਟੀ ਦੇ ਵੱਲੋਂ ਪਰ ਦੱਸਦੀ ਹੈ ਕਿ ਅਲਗੋਮਾ ਯੂਨੀਵਰਸਿਟੀ ਦਾ ਮਾਮਲਾ ਹੈ ਬ੍ਰੈਂਟਨ ਦੀ ਜਿੱਥੇ ਇਹ ਸਟੂਡੈਂਟਾਂ ਦੇ ਵੱਲੋਂ ਧਰਨਾ ਲਗਾ ਲਿਆ ਗਿਆ ਤਾਂ ਦੇਖ ਸਕਦੇ ਹੋ ਕਿਵੇਂ ਠੰਡ ਦੇ ਵਿੱਚ ਜਿਹੜੇ ਸਟੂਡੈਂਟ ਹੈ ਉਹ ਬੈਠੇ ਆ ਕੀ ਹੁਣ ਇਹ ਆਪਣਾ ਕੰਮ ਕਰਨਗੇ ਕੀ ਇਹ ਪੜਨਗੇ ਤਾਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਪ੍ਰਵਾਸੀ ਉਹਨਾਂ ਦੀ ਤੁਸੀਂ ਗੱਲ ਸੁਣੋ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਹਾਲਾਂਕਿ ਜਿਹੜੇ ਕਿਹਾ ਜਾਂਦਾ ਹੈ ਕਿ ਪੰਜਾਬੀ ਵਿਅਕਤੀਆਂ ਦਾ ਪੋਲਿਟਿਕਸ ਦੇ ਵਿੱਚ ਵੀ ਕਾਫੀ ਪ੍ਰਭਾਵ ਹੈ ਜਗਮੀਤ ਸਿੰਘ ਤੋਂ ਲਗਾ ਲਓ ਉਸੇ ਹਾਲਾਂਕਿ ਕਿਹਾ ਜਿਹੜਾ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਦੇ ਰਾਹੀਂ ਇੱਕੋ ਅਪੀਲ ਕਰਾਂਗੇ ਕਿ ਭਾਈ ਤੁਸੀਂ ਜਾ ਕੇ ਜਿਹੜੇ ਜਿਹੜੇ ਕੈਨੇਡਾ ਦੇ ਵਿੱਚ ਨਮਾਇंदे ਨੇ ਪੋਲੀਟੀਕਲੀ ਜਮਾਤ ਹੈ ਜਿਹੜੀ ਉਹ ਸਟੂਡੈਂਟਾਂ ਦੇ ਵੱਲ ਵੇਖੇ ਉਹ ਪੰਜਾਬੀ ਸਟੂਡੈਂਟਾਂ ਨੂੰ ਜਿਹੜਾ ਹੈ ਭਰੋਸਾ ਦਿਵਾਏ ਤਾਂ ਕਿ ਇਹ ਆਪਣਾ ਧਰਨਾ ਚੱਕ ਕੇ ਆਪਣੇ ਕੰਮ ਕਰ ਸਕਣ ਆਪਣਾ ਪੜ ਸਕਣ ਆਪਣੀ ਰੋਜ਼ੀ ਰੋਟੀ ਜਿਹੜੀ ਹੈ ਕਮਾਉਣ ਆਏ ਨੇ ਉਹ ਕਮਾ ਸਕਣ ਪਰ ਦੇਖ ਸਕਦੇ ਹੋ ਅਸੀਂ ਕੈਨੇਡਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਪੰਜਾਬੀਆਂ ਦੇ ਵੱਲੋਂ ਪੰਜਾਬੀ ਸਟੂਡੈਂਟਾਂ ਦੇ ਵੱਲੋਂ ਤੇ ਹੁਣ ਪੰਜਾਬੀ ਸਟੂਡੈਂਟਾਂ ਨੇ ਧਰਨਾ ਲਾ ਦਿੱਤਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਧਰਨਾ ਲਗਾਇਆ ਗਿਆਗਾ ਪੰਜਾਬੀ ਸਟੂਡੈਂਟਾਂ ਦੇ ਵੱਲੋਂ ਤਾ ਦੱਸ ਦਈਏ ਕਿ ਯੂਨੀਵਰਸਿਟੀ ਦੇ ਇੰਨਾ ਸਟੂਡੈਂਟਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਜਿਸ ਤੋਂ ਬਾਅਦ ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਗਵਰਨਮੈਂਟ ਜਿਹੜਾ ਇਸ ਦੇ ਉੱਪਰ ਕੀ ਬਿਆਨ ਦਿੰਦੀ ਹੈ ਗਵਰਨਮੈਂਟ ਆਪਣਾ ਕੀ ਜਿਹੜਾ ਅਮ ਸਪਸ਼ਟੀਕਰਨ ਦਿੰਦੀ ਆ ਤਾਂ ਦੇਖ ਸਕਦੇ ਹੋ ਉਸ ਦੀ ਤਸਵੀਰਾਂ ਐਡੀਆਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਨੇ ਬ੍ਰੈਮਟਨ ਦੀਆਂ ਬ੍ਰੈਮਟਨ ਦੀ ਅਲਗੋਮਾ ਯੂਨੀਵਰਸਿਟੀ ਆ ਅਲਗੋਮਾ ਯੂਨੀਵਰਸਿਟੀ ਦੇ ਬਾਹਰ ਇਹ ਜਿਹੜਾ ਪੂਰੇ ਦਾ ਪੂਰਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਕਿਵੇਂ ਪੰਜਾਬੀ ਸਟੂਡੈਂਟ ਉੱਥੇ ਆਪਣੇ ਕੰਬਲ ਆਪਣੀਆਂ ਰਜਾਈਆਂ ਜਿਹੜਾ ਸਾਰਾ ਕੁਝ ਲੈ ਕੇ ਬੈਠੇ ਆ ਕਿਉਂਕਿ ਠੰਡ ਦਾ ਮੌਸਮ ਹੈ ਠੰਡੇ ਜਿਹੜਾ ਉੱਥੇ ਵੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਕਈ ਥਾਵਾਂ ਦੇ ਉੱਪਰ ਕੈਨੇਡਾ ਦੇ ਵਿੱਚ ਵਰਪ ਵੀ ਪੈ ਰਹੀ ਹੈ ਪਰ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕੈਨੇਡਾ ਤੋਂ ਕੈਨੇਡਾ ਦੇ ਬ੍ਰੈਮਟਨ ਦੀ ਅਲਗੋਮਾ ਯੂਨੀਵਰਸਿਟੀ ਹੈ ਜਿਸ ਦੇ ਬਾਹਰ ਪੰਜਾਬੀ ਪੱਕੇ ਮੋਰਚੇ ਤੇ ਬੈਗੇ ਨੇ ਪੱਕਾ ਮੋਰਚਾ ਪੰਜਾਬੀਆਂ ਨੇ ਲਗਾ ਲਿਆ ਮਾਮਲਾ ਤੁਹਾਨੂੰ ਸਾਰਾ ਸਮਝਾ ਦਿੱਤਾ ਹੈ ਆਖਰਕਾਰ ਇਹਨਾਂ ਮਾਮਲੇ ਦੇ ਵਿੱਚ ਕਿੰਨੀ ਸਚਾਈ ਹੈ ਇਹ ਹਜੇ ਜਾਨਣਾ ਬਾਕੀ ਹੋਵੇਗਾ